हर की वडियाई ਸੁਗਰਮੁਖ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਈਏ। ਕੋਈ ਕੋਈ ਰਸਨਾ ਬਾਜੀ ਨਾ ਰਹੇ, ਸਾਰੇ ਪਿਆਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ, ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਪਹਿਲ ਪਰਿਚੈ ਜੀਉ। ਬੜੇ ਵੱਡੇ ਭਾਗ ਹੋਣ ਤੇ ਕਹਿੰਦੇ ਸੰਗਤ ਦਾ ਸਮਾਂ, ਸੰਗਤ ਕਰਨ ਦਾ ਸਮਾਂ ਪ੍ਰਾਪਤ ਹੁੰਦਾ। ਭਾਗਾਂ ਤੋਂ ਬਿਨਾਂ ਸਾਡਾ ਸੰਗਤ ਹਾਸਲ ਨਹੀਂ ਹੋ ਸਕਦੀ। ਚੰਗੇ ਗੋਲੀ ਨੇ ਜੇ ਆਪਾਂ ਲਾਗੂ ਕਰ ਲਈਏ ਸਾਡਾ ਜੀਵਨ ਤੇ, ਆਪਾਂ ਗੁਰੂ ਸਾਹਿਬ ਜੀ ਦਾ ਦਰਸਾਇਆ ਸਾਰਿਸ ਤੇ ਚੱਲ ਸਕਦੇ ਨੇ। ਉਹ ਸਰੀਰ ਪ੍ਰਿਸ਼ਟੇ ਹੋਏ ਨੇ ਜਿਹੜੇ ਸੰਗਤ ਦੇ ਵਿੱਚ ਯੋਗ ਨੇ। ਫਿਰ ਸੰਗਤ ਦੇ ਵਿੱਚ ਪਰਮਾਤਮਾ ਜੀ ਭਲੀ ਭਾਂਤ ਸਾਰੀ ਮਹਿਸੂਸ ਕਰਦੇ ਹੋਏ ਚੱਲਣ ਤੁਹਾਡੇ ਗੋਬਿੰਦ ਰਾਏ ਜੀ ਹੀਰਿਆਂ ਦੇ ਨਾਲ ਚੜੇ ਹੋਏ। ਇੱਕ ਤੇ ਗਵਾਚਾ ਸੀ, ਤੁਸੀਂ ਦੂਸਰਾ ਵੀ ਸੁਣ ਦਿੱਤਾ। ਕਹਿੰਦੇ ਨੇ ਅਸੀਂ ਇਸ ਝਪੇਲਿਆਂ ਚੋਂ ਤਾਂ ਦੁਨੀਆਂ ਨੂੰ ਕੱਢਣ ਤੋਂ ਆਏ, ਦੁਨੀਆਂ ਨੂੰ ਇਸ ਝਪੇਲਿਆਂ ਭਰੀਆਂ ਸਰੀਰ ਕਰਕੇ ਤੇ ਆਪਾਂ ਬਹੁਤ ਸਥਾਨਾਂ ਦੀਆਂ ਯਾਤਰਾਵਾਂ ਕੀਤੀਆਂ। ਮਨ ਨੇ ਲਾਗੂ ਕਰਨਾ ਸੀ ਉਹ ਸਿਧਾਂਤ ਸਾਡੇ ਮਨ ਦੇ ਬਿਲਕੁਲ ਕੋਲ ਆਇਆ। ਸੁਰਤ ਦਾ ਸ਼ਬਦ ਦਾ ਵੇਲ ਸੰਗੀ ਸੁਰਤ ਦੇ ਨਾਲ ਤੂੰ ਆਪਣੇ ਮਨ ਨੂੰ ਇਸ ਮਨ ਦੇ ਵਿੱਚ ਇਸ ਗਿਆਨ ਨੂੰ ਟਿਕਾ। ਤੇ ਗੁਰਮੁਖੋ ਜੇ ਸਾਡਾ ਮਾੜੀ ਵਿੱਚ ਹਾਜ਼ਰ ਨਾ ਹੋਇਆ ਤਾਂ ਸਾਡੇ ਸਰੀਰ ਦੀ ਵੀ ਹਾਜ਼ਰੀ ਭਰੀ ਦਾ ਕੋਈ ਫਾਇਦਾ, ਕਿਉਂਕਿ ਸਰੀਰ ਤੇ ਸਵਾਰ ਨਹੀਂ ਤੇ ਆਪਾਂ ਸਰੀਰ ਤੇ ਰੂਹ ਵਿੱਚ ਇਸ਼ਨਾਨ ਕਰ ਸਕਦੇ। ਅੱਜ ਤੁਸੀਂ ਤੁਰਤੋਂ ਅੱਗੋਂ ਕਰਕੇ ਮਾਰਦਾ ਜੀ ਦਾ ਕਿਹਾ, ਕਹਿੰਦੇ ਅੱਜ ਚੰਗਾ ਦਾ ਨੂਰ ਮੇਰਾ ਨਾਮ ਹੈਗਾ ਜੀ ਗੁਰਮੁਖ ਸਿੰਘ। ਠੀਕ ਹੈ ਜੀ। ਤੇ ਆਪਣਾ ਸੁਖਵੀਰ ਸਿੰਘ। ਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਜੀ ਅਤੇ ਮਿਲਾਉਣ ਜਾ ਰਿਹਾ ਆਪਣੇ ਸੇਵਾਦਾਰਾਂ ਨਾਲ ਜਿਹੜੇ ਜੋੜਨ ਦੇ ਵਿੱਚ ਇਸ ਟਾਈਮ ਗੁਰਦੁਆਰੇ ਦੇ ਵਿੱਚ ਨੇ। ਅਤੇ ਕੀ ਨਾਮ ਹੈ ਜੀ ਤੁਹਾਡਾ? ਮੇਰਾ ਨਾਮ ਹੈਗਾ ਜੀ ਸਰਦਾਰ ਗੁਰਮੁਖ ਸਿੰਘ। ਅਤੇ ਤੁਹਾਡਾ? ਜਿੱਤਰ ਸਿੰਘ। ਅਤੇ ਮੈਂ ਜਾਣਨਾ ਚਾਹੁੰਦਾ ਸੀ ਅਤੇ ਜੋੜਨ ਦੇ ਵਿੱਚ ਕਦੋਂ? ਬੇਨਤੀ ਆ ਵੀ ਅੱਜ ਤੋਂ ਕੁਝ 30 ਸਾਲ ਪਹਿਲਾਂ ਦੀ ਗੱਲ ਆ। ਅੱਛਾ ਜੀ। ਜਦੋਂ ਕਿ ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਲੈ ਕੇ ਆਏ ਸੀ ਇੱਥੇ ਨਾ, ਕੰਪਨੀ ਦੇ ਵਿੱਚ ਕੰਮ ਕਰਦੇ ਸੀ ਸਰਦਾਰ। ਠੀਕ ਹੈ। ਉਹਨਾਂ ਨੂੰ ਸਰਦਾਰ ਕਹਿੰਦੇ ਸੀ ਅਤੇ ਜੋੜਨ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਸੀ ਉਹ। ਠੀਕ ਹੈ ਜੀ। ਪੁਰਾਣੇ ਸੀ ਬਹੁਤ ਜ਼ਿਆਦਾ ਅਤੇ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਕੀਤਾ ਸੀ। ਠੀਕ ਹੈ। ਇਹ ਕੈਨੇਡਾ। ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਗੁਰਦੁਆਰਾ ਸਾਹਿਬ ਦੀ ਸੇਵਾ ਜੋ ਵੀ ਸਮਾਨ ਸੀ ਸਾਰਾ ਇੱਥੇ ਦੇ ਕੇ ਗਏ ਸੇਵਾਦਾਰਾਂ ਨੂੰ। ਠੀਕ ਹੈ। ਉਹ ਸੇਵਾ ਸੰਭਾਲ ਇੱਥੇ ਕਰਦੇ ਰਹੇ, ਮਹਾਰਾਜ ਦੇ ਘਰ ਦੀ ਸੇਵਾ ਕਰਦੇ ਰਹੇ। ਠੀਕ ਹੈ। ਉਸ ਤੋਂ ਬਾਅਦ ਕੋਈ 7 ਸਾਲ ਹੋ ਗਏ ਆ ਜਦੋਂ ਕਿ ਉਹ ਵੀ ਇੰਡੀਆ ਚੱਲ ਗਏ ਸੀ। ਉਹਨਾਂ ਜਾਣ ਤੋਂ ਪਹਿਲਾਂ ਫਿਰ ਸਾਡੇ ਨਾਲ ਵਿਚਾਰ ਕੀਤੀ ਕਿ ਸਾਡੇ ਵਿੱਚ ਜਗ੍ਹਾ ਹੈਗੀ। ਅੱਛਾ। ਇਹ ਜਗ੍ਹਾ ਪੈਂਦੀ ਜੇ ਆਪਣਾ ਲਗਭਗ ਲਗਾਤਾਰ ਪੈਂਦਾ ਜੀ। ਠੀਕ ਹੈ। ਠੀਕ ਹੈ। ਇੱਥੇ ਫਿਰ ਸਾਡੇ ਕੋਈ ਜਗ੍ਹਾ ਹੈਗੀ, ਆਪਾਂ ਫਿਰ ਮਹਾਰਾਜ ਦਾ ਸਰੂਪ ਅਤੇ ਸਾਰਾ ਸਮਾਨ ਗੁਰਦੁਆਰਾ ਸਾਹਿਬ ਦਾ ਇੱਥੇ ਰਹਿਣ ਦਾ, ਇੱਥੇ ਮਹਾਰਾਜ ਦਾ ਪ੍ਰਕਾਸ਼ ਕੀਤਾ ਅਤੇ ਹੁਣ ਇਸੇ ਤਰ੍ਹਾਂ ਮਹਾਰਾਜ ਦੀ ਕਿਰਪਾ ਵਾ 7 ਸਾਲ ਸੇਵਾ ਚੱਲ ਰਹੀ ਹੈ। ਰਹੇ ਹੋ ਅਤੇ ਕਦੇ ਤੁਹਾਨੂੰ ਟਰਬਨ ਦੇ ਬਾਰੇ, ਆਪਣੀ ਪਗੜੀ ਦੇ ਬਾਰੇ ਜਾਂ ਦਾੜੀ ਦੇ ਬਾਰੇ ਕੋਈ ਪਰੇਸ਼ਾਨੀ ਆਈ ਹੋਵੇ ਜਾਂ ਕੋਈ ਵੀ ਪ੍ਰੋਬਲਮ ਆਈ ਹੋਵੇ? ਨਹੀਂ, ਗੁਰੂ ਮਹਾਰਾਜ ਦੀ ਬੜੀ ਕਿਰਪਾ ਰਹੀ ਆ, ਅੱਜ ਤੱਕ ਵੈਸੇ ਕੋਈ ਮੁਸ਼ਕਲ ਨਹੀਂ ਆਈ ਜੀ। ਠੀਕ ਹੈ। ਕਿਉਂਕਿ ਇੱਥੇ ਭਾਵੇਂ ਕਿਸੇ ਵੀ ਧਰਮ ਦਾ ਕੋਈ ਆਦਮੀ ਸਾਨੂੰ ਮਿਲਦਾ ਵਾ। ਠੀਕ ਹੈ। ਸਾਡੀ ਪੱਗ ਵੇਖ ਕੇ ਤਾਂ ਸਾਡਾ ਸਤਿਕਾਰ ਹੀ ਕਰਦੇ। ਯਾਨੀ ਮੁਸਲਿਮ ਧਰਮ ਦੇ ਵਿੱਚ ਇਸ ਕੰਟਰੀ ਦੇ ਵਿੱਚ ਵੀ ਤੁਹਾਨੂੰ ਇਹ ਉਪਰਾ ਮਹਿਸੂਸ ਨਹੀਂ ਹੁੰਦਾ? ਬਹੁਤ ਹੀ ਸਤਿਕਾਰ ਮਿਲਿਆ, ਸਤਿਕਾਰ ਮਿਲਿਆ ਜੀ, ਕਿਉਂਕਿ ਇੱਥੇ ਪੜ੍ਹੇ ਲਿਖੇ ਲੋਕ ਆ, ਜਿਹੜੇ ਪੜ੍ਹੇ ਲਿਖੇ ਲੋਕ ਆ, ਕਾਫੀ ਬੰਦੇ ਸਾਨੂੰ ਇਹੋ ਜਿਹੇ ਮਿਲਦੇ ਜਿਨ੍ਹਾਂ ਨੇ ਸਾਡਾ ਇਤਿਹਾਸ ਪੜ੍ਹਿਆ, ਸਾਡੇ ਇਤਿਹਾਸ ਬਾਰੇ ਪਤਾ ਵਾ। ਬਿਲਕੁਲ। ਸਾਡਾ ਪਗੜੀ ਹੋਣ ਦੇ ਨਾਲ ਮੇਰੇ ਹਿਸਾਬ ਨਾਲ ਸਾਡਾ ਬਹੁਤ ਸਤਿਕਾਰ ਹੁੰਦਾ। ਠੀਕ ਹੈ ਜੀ। ਕੋਈ ਦਿੱਕਤ ਨਹੀਂ। ਠੀਕ ਹੈ ਜੀ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਓਕੇ ਜੀ, ਵਾਹਿਗੁਰੂ ਜੀ ਕਾ ਖਾਲਸਾ।